ਨਮਸਕਾਰ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਦੇ ਕਰੀਬੀ ਪਿੰਡ ਅਜੌਲੀ ਤੋਂ, ਜਿੱਥੇ ਕਿ ਦੇਰ ਰਾਤ ਹੋਏ ਇੱਕ ਸੜਕ ਹਾਦਸੇ ਦੇ ਵਿੱਚ ਇੱਕ ਨੌਜਵਾਨ ਯੁਵਕ ਦੀ ਮੌਤ ਹੋ ਗਈ ਹੈ, ਕਿਉਂਕਿ ਉਸਦੀ ਪਤਨੀ ਜੇਰੇ ਇਲਾਜ ਚੰਡੀਗੜ੍ਹ PGI ਦੇ ਵਿੱਚ ਐਡਮਿਟ ਹੈ। ਜਾਣਕਾਰੀ ਦੇ ਮੁਤਾਬਿਕ ਸੁਰਿੰਦਰ ਸਿੰਘ ਉਪ ਸੰਨੀ ਪੁੱਤਰ ਮੋਹਨ ਸਿੰਘ ਪਿੰਡ ਬਹਿਰੂ ਆਪਣੇ ਪਤਨੀ ਦੇ ਨਾਲ ਨੰਗਲ ਤੋਂ ਆਪਣੇ ਕਿਸੇ ਨਿੱਜੀ ਕੰਮ ਤੋਂ ਬਾਅਦ ਘਰ ਨੂੰ ਜਾ ਰਿਹਾ ਸੀ। ਤਾਂ ਜਿਵੇਂ ਹੀ ਉਹ ਪਿੰਡ ਅਜੌਲੀ ਦੇ ਲਾਗੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਇੱਕ ਕਾਰ ਨੇ ਉਹਨਾਂ ਨੂੰ ਹਿੱਟ ਕਰ ਦਿੱਤਾ, ਜਿਸ ਤੋਂ ਬਾਅਦ ਉਹਨਾਂ ਦਾ ਮੋਟਰਸਾਈਕਲ ਅਨਬੈਲੈਂਸ ਹੋ ਕੇ ਇੱਕ ਰੇੜੀ ਦੇ ਵਿੱਚ ਜਾ ਵੱਜਿਆ ਤੇ ਉਹ ਸੜਕ ਉੱਤੇ ਗਿਰ ਗਏ, ਜਿਸ ਦੇ ਚੱਲਦੇ ਹੋਏ ਉਹਨਾਂ ਦੇ ਸੱਟ ਲੱਗ ਗਈ। ਪਿੱਛੇ ਹੀ ਉਸਦਾ ਭਰਾ ਆ ਰਿਹਾ ਸੀ ਜੋ ਕਿ ਮੋਟਰਸਾਈਕਲ ਉੱਤੇ ਸਵਾਰ ਸੀ। ਉਸਦੇ ਭਰਾ ਨੇ ਹੀ ਉਹਨਾਂ ਨੂੰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਲਿਜਾਇਆ, ਜਿਸ ਤੋਂ ਬਾਅਦ ਉਹਨਾਂ ਦੇ ਹਾਲਾਤਾਂ ਨੂੰ ਵੇਖਦੇ ਹੋਏ ਉਹਨਾਂ ਨੂੰ ਚੰਡੀਗੜ੍ਹ PGI ਰੈਫਰ ਕਰ ਦਿੱਤਾ ਗਿਆ ਤੇ ਚੰਡੀਗੜ੍ਹ ਵਿਖੇ ਸੁਰਿੰਦਰ ਸਿੰਘ ਉਪ ਸੰਨੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ, ਜਦੋਂ ਕਿ ਉਸਦੀ ਪਤਨੀ ਜੇਰੇ ਇਲਾਜ ਹੈ। ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਸੁਰਿੰਦਰ ਸਿੰਘ ਉਪ ਸੰਨੀ ਦਾ 1 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਵਧੇਰੇ ਜਾਣਕਾਰੀ ਦਿੰਦੇ ਹੋਏ ASI ਪ੍ਰੀਤਮ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਹੋਣ ਤੋਂ ਬਾਅਦ ਕਾਰ ਚਾਲਕ ਥੋੜੀ ਦੇਰ ਲਈ ਰੁਕਿਆ, ਪਰ ਜਿਵੇਂ ਹੀ ਭੀੜ ਇਕੱਠਾ ਹੋਈ ਤਾਂ ਕਾਰ ਚਾਲਕ ਮੌਕੇ ਉੱਤੋਂ ਫਰਾਰ ਹੋ ਗਿਆ ਹੈ, ਜਿਸਦਾ ਕਿ ਗੱਡੀ ਨੰਬਰ PB9920-3288 ਦਰਜ ਕਰਵਾਇਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ ਉੱਤੇ ਧਾਰਾ 279-304-337-427 IPC ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਜਾਂਚ ਨੂੰ ਅੱਗੇ ਵਧਾ ਕੇ ਗੱਡੀ ਨੂੰ ਰਾਉਂਡ ਅਪ ਕੀਤਾ ਜਾਏਗਾ ਤੇ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਨੰਗਲ ਤੋਂ ਪੰਜਾਬ TV ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਇੱਕ ਰਾਤ ਐਕਸੀਡੈਂਟ ਹੋਇਆ, ਕੌਣ ਸੀ, ਕਿੱਦਾਂ ਐਕਸੀਡੈਂਟ ਹੋਇਆ? ਇਹ ਮੁੰਡਾ ਸੀਗਾ ਜੀ ਪਿੰਡ ਬਹਿਰੂ ਤੋਂ, ਸੁਰਿੰਦਰ ਸਿੰਘ ਉਰਫ ਸੰਨੀ ਦੇ ਨਾਂ ਨਾਲ, ਸਾਨੂੰ ਮੋਹਨ ਸਿੰਘ ਪਿੰਡ ਬਹਿਰੂ। ਇਹ ਆਪਣੇ ਨਿੱਜੀ ਕੰਮ ਤੋਂ ਸਮੇਤ ਆਪਣੀ ਪਤਨੀ ਪੂਨਮ ਤੇ ਜਾ ਰਹੇ ਤੇ ਆਪਣੇ ਘਰ ਨੰਗਲ ਸਾਈਡ ਤੋਂ। ਜਦੋਂ ਇਹ ਅਜੌਲੀ ਕੋਲ ਪਹੁੰਚੇ ਤਾਂ ਉੱਥੇ ਇੱਕ ਪਿੱਛਿਓਂ ਕਾਰ ਆਈ ਹੈਗੀ, ਕਾਰ ਆਈ ਮਤਲਬ ਉਹਨੇ ਇਹਦੇ ਪਿੱਛੇ ਟੱਕਰ ਮਾਰੀ, ਇਹਦੇ ਕੋਲ ਮੋਟਰਸਾਈਕਲ ਬੇਕਾਬੂ ਹੋ ਗਿਆ, ਅੱਗੇ ਇੱਕ ਰੇਹੜੀ ਸੀਗੀ, ਰੇਹੜੀ ਦੇ ਨਾਲ ਮੋਟਰਸਾਈਕਲ ਟਕਰਾਇਆ, ਉਹਦੇ ਨਾਲ ਸਮੇਤ ਮੋਟਰਸਾਈਕਲ ਰੋਡ ਤੇ ਡਿੱਗੇ, ਜਿਹਦੇ ਨਾਲ ਕਿ ਇਹਦੇ ਸਿਰ ਚ ਬਹੁਤ ਜ਼ਿਆਦਾ ਸੱਟ ਲੱਗੀ। ਪਿੱਛੇ ਇਹਦਾ ਭਰਾ ਸੀਗਾ ਹੋਰ ਮੋਟਰਸਾਈਕਲ ਤੇ, ਆਪਣੇ ਕਿਸੇ ਨਿੱਜੀ ਕੰਮ ਤੋਂ ਆ ਰਹੇ ਜੇ, ਉਹੀ ਚੱਕ ਕੇ ਇਹਨਾਂ ਨੂੰ ਸਿਵਲ ਹਸਪਤਾਲ ਅਨੰਦਪੁਰ ਲੈ ਗਏ, ਉੱਥੋਂ ਮੁੱਢਲੀ ਸਹਾਇਤਾ ਦੇ ਕੇ ਇਹਨਾਂ ਨੂੰ PGI ਚੰਡੀਗੜ੍ਹ ਭੇਜ ਦਿੱਤਾ, ਜਿੱਥੇ ਮੁੰਡਾ ਜਿਹੜਾ ਸੁਰਿੰਦਰ ਏਰੀਆ ਸੰਨੀ ਹੈ ਇਹਨੂੰ ਤਾਂ ਮਤਲਬ ਡੈਡ ਡਿਕਲੇਅਰ ਕਰ ਦਿੱਤਾ PGI ਚੰਡੀਗੜ੍ਹ, ਤੇ ਜਿਹੜੀ ਇਹਦੀ ਵਾਈਫ ਹੈਗੀ ਉਹ ਜੇਰੇ ਇਲਾਜ ਹੈ। ਇਹ ਸਾਡੇ ਕੋਲ ਬਿਆਨ ਹੋਇਆ ਇਹਦੇ ਖਿਲਾਫ਼ ਮੁਕੱਦਮਾ ਨੰਬਰ 39 ਦਰਜ ਰਜਿਸਟਰਡ ਕਰਕੇ ਅਗਲੀ ਜਿਹੜੀ ਕਾਰਵਾਈ ਹੈ ਅਮਲ ਚ ਲਿਆਂਦੀ ਜਾ ਰਹੀ ਹੈ। ਕਾਰ ਚਾਲਕ ਮੌਕੇ ਤੇ ਕੁਛ ਟਾਈਮ ਰੁਕਿਆ, ਪਰ ਉਹ ਫਿਰ ਕਾਰ ਚਲਾ ਕੇ ਆਪਣੀ ਮਤਲਬ ਲੋਕਾਂ ਦਾ ਜਿੱਦਾਂ ਇਕੱਠ ਹੋ ਗਿਆ ਚੱਕ ਕੇ ਉਹਨੂੰ ਗੱਡੀ ਚ ਲਾ ਕੇ ਪਾਉਣ, ਉਹ ਸਮੇਤ ਕਾਰ ਉੱਥੋਂ ਮੌਕਾ ਤੋਂ ਖਿਸਕ ਗਿਆ। ਪਹਿਚਾਣ ਹੋ ਗਈ ਉਹਦੀ? ਅਜੇ ਪਹਿਚਾਣ ਤਾਂ ਨਹੀਂ ਹੋਈ, ਪਰ ਉਹ ਸਾਹਮਣੇ ਆਉਣ ਤੇ ਪਹਿਚਾਣ ਸਕਦਾ ਬਿਆਨ ਕਰਤਾ ਜਿਹੜਾ ਇਹਦਾ ਭਰਾ ਹੈ। ਅਜੇ ਤਾਂ ਮਤਲਬ ਕਾਰ ਦਾ ਨੰਬਰ ਹੀ ਸਾਡੇ ਕੋਲ ਆਇਆ। ਕੀ ਨੰਬਰ ਸੀਗਾ? PV9920-3288 ਨੰਬਰ ਬਿਆਨ ਮਿਲਿਆ। ਸਰ ਇਹਦਾ ਪਤਾ ਲੱਗ ਜਾਂਦਾ ਉਸੀ ਵੇਲੇ ਕਿੱਥੇ ਦੀ ਗਏ, ਲੋਕਲ ਗੱਡੀ ਜਾਂ ਬਾਹਰ ਗਿਆ? ਨਹੀਂ ਅਜੇ ਤਾਂ ਮਤਲਬ ਸਾਡੇ ਕੋਲ ਜਸਟ ਬਿਆਨ ਹੀ ਹੋ ਰਿਹਾ ਹੋਇਆ ਹੈਗਾ, ਮੁਕੱਦਮਾ ਦਰਜ ਰਜਿਸਟਰ ਕਰਾਇਆ ਜਾ ਰਿਹਾ, ਇਹਦੇ ਖੰਘਾਲਾਂਗੇ ਅੱਗੇ, ਸਕਰੀਨਿੰਗ ਰਿਪੋਰਟ ਵਗੈਰਾ ਲਵਾਂਗੇ ਕਿ ਕਿਹਦੇ ਨਾਂ ਤੇ ਹੈ ਗੱਡੀ, ਉਹਦੇ ਤੇ ਦੇਖਾਂਗੇ ਮਤਲਬ ਦੌਰਾਨੇ ਤਫਤੀਸ਼, ਜਿਹੜਾ ਇਹਦਾ ਡਰਾਈਵਰ ਸਾਹਮਣੇ ਆਉਂਦਾ ਤਾਂ ਉਹਨੂੰ ਨਾਮਜ਼ਦ ਕਰਕੇ ਗ੍ਰਿਫਤਾਰੀ ਪਾਈ ਜਾਵੇ। ਸਰ ਧਾਰਾ ਕੀ ਲਗਾਈ ਗਈ ਹੈ? ਇਹ 279-304-337-427 IPC ਜੀ।